ਛੁੱਟੀਆਂ ਦੇ ਵਿੱਚ ਜਿਹੜੀ ਬਹੁਤ ਵੱਡੀ ਕਟੌਤੀ ਕੀਤੀ ਮੇਨ ਤੌਰ ਤੇ ਧਾਰਮਿਕ ਛੁੱਟੀਆਂ ਕੱਟੀਆਂ ਜਿਵੇਂ ਵਿਸਾਖੀ ਦੀਆਂ ਬੜੇ ਸੋਚ ਸਮਝ ਨਾਲ ਆਹ ਦਿਨ ਚੁਣੇ ਗਏ ਸੀ ਬੜੇ ਗੁਰੂ ਸਾਹਿਬ ਦੀ ਸ਼ਹੀਦੀ ਦਿਵਸ ਵੀ ਜਿਹੜੇ ਇਹੋ ਜਿਹੇ ਦਿਨ ਉਹਨਾਂ ਨੇ ਕੱਟਤੇ ਹੈ ਜਿਹੜਾ ਮੈਂ ਹੈਰਾਨ ਹਾਂ ਕਿ ਕਿਹੜੀ ਸੋਚ ਨਾਲ ਕੱਟਿਆ ਸਰ ਕਾਇੰਡਲੀ ਸੇ ਸਮਥਿੰਗ ਔਨ ਦਾ ਲਾਅ ਐਂਡ ਆਰਡਰ ਇਨ ਪੰਜਾਬ ਤਾਂ ਮੈਂ ਇਹਨੂੰ ਸਟਰੋਂਗਲੀ ਕੰਡੈਮ ਕਰਦਾ ਅਤੇ ਮੈਂ ਅਪੀਲ ਕਰਦਾ ਕੈਪਟਨ ਸਾਹਿਬ ਨੂੰ ਕਿ ਅੱਜ ਕੋਈ ਆਪਣੇ ਇਤਿਹਾਸ ਲੋਕਾਂ ਨੂੰ ਜਾਣਨ ਵਾਸਤੇ ਆ ਗੁਰੂ ਆਪਾਂ ਸਾਰੀ ਸੰਗਤ ਉਹ ਦਿਨ ਮਨਾਉਂਦੀ ਹੈ ਅਤੇ ਆਹ ਐਡਾ ਵੱਡਾ ਧੱਕਾ ਨਹੀਂ ਕਰਨਾ ਚਾਹੀਦਾ ਪੰਜਾਬ ਨੂੰ ਮੇਲਾ ਮਾਘੀ ਕਾਨਫਰੰਸ ਸੰਬੰਧੀ ਪਹਿਲੀ ਮੀਟਿੰਗ ਆ ਕਿਹੋ ਜਿਹਾ ਲੱਗਿਆ ਵਰਕਰਾਂ ਦਾ ਬਹੁਤ ਵਧੀਆ ਅਤੇ ਵਰਕਰ ਪੂਰੇ ਜੋਸ਼ ਨਾਲ ਲਾਅ ਐਂਡ ਆਰਡਰ ਸਿਚੁਏਸ਼ਨ ਇੰਨੀ ਮਾੜੀ ਹੈ ਕਿ ਝੂਠੇ ਪਰਚੇ ਸਾਡੇ ਵਰਕਰਾਂ ਦੇ ਕੀਤੇ ਜਾਂਦੇ ਆ ਜੇ ਸਾਡੇ ਵਰਕਰ ਪ੍ਰੋਟੈਸਟ ਕਰਦੇ ਆ ਉਹਨਾਂ ਦੇ ਫਿਰ ਤੋਂ ਸਰ ਫਰਦਰ ਪਾਲਿਸੀ ਆਫ ਦਾ ਪਾਰਟੀ ਇਹ ਤੋਂ ਮਾੜੀ ਹਾਲਾਤ ਕੀ ਹੋ ਸਕਦੀ ਹੈ ਕਿ ਇੱਥੇ ਡੈਮੋਕ੍ਰੇਸੀ ਡੈਮੋਕ੍ਰੈਟਿਕ ਰਾਈਟਸ ਸਾਰੇ ਖਤਮ ਇੱਕ ਬੇਰੁਜ਼ਗਾਰ ਅਧਿਆਪਕਾਂ 'ਤੇ ਵੀ ਕੱਲ੍ਹ ਪਰਚਾ ਕੀਤਾ ਗਿਆ ਜਿਨ੍ਹਾਂ ਨੇ ਲੰਬੀ ਵਿਖੇ ਕੱਲ੍ਹ ਧਰਨਾ ਲਾਇਆ ਸੀਗਾ ਆਪਣੀਆਂ ਮੰਗਾਂ ਪਿੱਛੇ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਕੀ ਮੰਨਦੇ ਹੈਗੇ ਇਹਨੂੰ ਮੈਂ ਇਹ ਕਹਿੰਦਾ ਕਿ ਜਿਹੜੀ ਡੈਮੋਕ੍ਰੈਟ ਰਾਈਟਸ ਪ੍ਰੋਟੈਸਟ ਕਰਨਾ ਡੈਮੋਕ੍ਰੈਟਿਕ ਰਾਈਟ ਹੈ ਜੇ ਪ੍ਰੋਟੈਸਟ ਕਰਨਾ ਤੁਸੀਂ ਡੈਮੋਕ੍ਰੇਸੀ ਤਾਂ ਤੁਸੀਂ ਇੱਥੇ ਡਿਕਟੇਟਰਸ਼ਿਪ ਥੋੜ੍ਹੀ ਹੈ ਇੱਥੇ ਚਲੋ 5 ਸਾਲ ਬਾਅਦ ਲੋਕ ਆਈ ਜਿਹੜੇ ਧਰਨੇ ਦਿੰਦੇ ਸੀ ਆਈ ਸਮਰਥ ਪਾਉਣ